ਚੰਦਰਯਾਨ 2 ਦੇ ਲੈਂਡਰ ਵਿਕਰਮ ਦਾ ਚੰਦ ਤੇ ਉਤਰਦੇ ਸਮੇਂ ਸੰਪਰਕ ਟੁੱਟ ਗਿਆ। ਚੰਦ ਦੀ ਸਤ੍ਹਾ ਤੋਂ ਕਰੀਬ 2.1 ਕਿਲੋਮੀਟਰ ਦੀ ਦੂਰੀ ਤੋਂ ਪਹਿਲਾਂ ਹੀ ਲੈਂਡਰ ਦਾ ਜ਼ਮੀਨੀ ਸੰਪਰਕ ਟੁੱਟ ਗਿਆ। ਇਸ ਦੇ ਨਾਲ ਹੀ ਇਸਰੋ ਦੇ ਵਿਗਿਆਨੀ ਉਦਾਸ ਹੋ ਗਏ, ਜਿਸ ਤੋਂ ਬਾਅਦ ਦੇਸ਼ ਦੀ ਜਨਤਾ ਤੇ ਪੀਐਮ ਮੋਦੀ ਦੇ ਨਾਲ ਨਾਲ ਬਾਲੀਵੁੱਡ ਸਿਤਾਰਿਆਂ ਨੇ ਵੀ ਇਸਰੋ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ। ਹਾਲੀਵੁੱਡ ਦੀ ਅਭਿਨੇਤਰੀ ਐਂਜਲੀਨਾ ਜੋਲੀ ਤੇ ਬ੍ਰੈਡ ਪਿਟ ਫੇਮਸ ਜੋੜੀ ਰਹੇ ਹਨ। ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ 2006 ਦੇ ਵਿੱਚ ਖਬਰ ਆਈ ਸੀ ਕਿ ਐਂਜਲੀਨਾ ਮਾਂ ਬਣਨ ਵਾਲੀ ਹੈ। ਇਸ ਦੌਰਾਨ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਕਬੂਲਿਆ, ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਟਿਕ ਸਕਿਆ ਤੇ ਦੋਵੇਂ ਰਜ਼ਾਮੰਦੀ ਦੇ ਨਾਲ ਵੱਖ ਹੋ ਗਏ। ਇਸ ਤੋਂ ਬਾਅਦ ਬ੍ਰੈਡ ਪਿਟ ਮੀਡੀਆ ਦੇ ਫਿਲਮਾਂ ਤੋਂ ਦੂਰ ਹੋ ਗਏ। ਲੰਬੇ ਸਮੇਂ ਤੋਂ ਬਾਅਦ ਪਿਟ ਨੇ ਵਾਪਸੀ ਕੀਤੀ। ਇੱਕ ਵੱਡੇ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਬ੍ਰੈਡ ਪਿਟ ਨੇ ਦੱਸਿਆ ਕਿ ਤਲਾਕ ਦੇ ਦੌਰਾਨ ਗੁਜ਼ਰੇ ਦੌਰ ਬਾਰੇ ਕਿ ਉਹਨਾਂ ਦੇ ਨਾਲ ਕੀ ਹੋਇਆ ਸੀ ਕਿ ਉਹਨਾਂ ਨੇ ਕਿਹਾ ਕਿ ਤਲਾਕ ਤੋਂ ਬਾਅਦ ਮੈਂ ਜ਼ਿੰਦਗੀ ਦੇ 1.5 ਸਾਲ ਸ਼ਰਾਬ ਦੀ ਨਸ਼ੇ ਵਿੱਚ ਗੁਜ਼ਾਰੇ ਸੀ। ਪਿਟ ਨੇ ਕਿਹਾ ਕਿ ਉਹ ਜਾਣਦੇ ਸੀ ਕਿ ਉਹ ਗਲਤ ਹੈ, ਪਰ ਬੇਹੱਦ ਮੁਸ਼ਕਿਲ ਦੌਰ ਸੀ। ਫੈਸ਼ਨ ਡਿਜ਼ਾਈਨਰ ਅਬੂ ਜਾਨੀ ਸੰਦੀਪ ਖੋਸਲਾ ਅਤੇ ਫੈਸ਼ਨ ਇੰਡਸਟਰੀ ਦੀ ਦੁਨੀਆ ਵਿੱਚ 33 ਸਾਲ ਪੂਰੇ ਹੋ ਚੁੱਕੇ ਹਨ। ਅਜਿਹੇ ਵਿੱਚ ਉਹਨਾਂ ਨੇ ਇਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਇੱਕ ਫੈਸ਼ਨ ਸ਼ੋਅ ਦਾ ਪ੍ਰਬੰਧ ਕੀਤਾ। ਦੁਲਹਨ ਦੇ ਲਿਬਾਸ ਦੇ ਵਿੱਚ ਰੈਂਪ ਤੇ ਉਤਰੀ ਦੀਪਿਕਾ ਪਾਦੂਕੋਣ, ਜਿਸ ਨੂੰ ਵੇਖ ਕੇ ਲੋਕ ਹੈਰਾਨ ਹੋ ਗਏ। ਇਸ ਫੈਸ਼ਨ ਸ਼ੋਅ ਦੇ ਵਿੱਚ ਅਭਿਨੇਤਰੀ ਦੀਪਿਕਾ ਪਾਦੂਕੋਣ ਇੱਕ ਵਾਰ ਫਿਰ ਇਸ ਜੋੜੀ ਲਈ ਰੈਂਪ ਤੋਂ ਜਲਵੇ ਵੀ ਖੇਡਦੀ ਆਈ। ਇਸ ਦੌਰਾਨ ਦੀਪਿਕਾ ਦਾ ਲੁੱਕ ਕਾਫੀ ਹੱਦ ਤੱਕ ਉਸਦੀ ਵੈਡਿੰਗ ਰਿਸੈਪਸ਼ਨ ਲੁੱਕ ਜਿਹਾ ਨਜ਼ਰ ਆ ਰਿਹਾ ਸੀ। ਸੋਨਮ ਨੇ ਕੀਤੇ ਬੱਪਾ ਦੇ ਦਰਸ਼ਨ, ਪੂਜਾ ਤੋਂ ਬਾਅਦ ਉਹਨਾਂ ਨੇ ਦੁਆਵਾਂ ਮੰਗੀਆਂ। ਜੀ ਹਾਂ, ਦੇਸ਼ ਭਰ ਦੇ ਵਿੱਚ ਇੰਨੀ ਦਿਨੀ ਗਣੇਸ਼ ਚਤੁਰਥੀ ਦੀ ਧੂਮ ਹੈ। ਅਜਿਹੇ ਦੇ ਵਿੱਚ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਬੱਪਾ ਦੇ ਦਰਸ਼ਨ ਕਰਨ ਦੇ ਲਈ ਮੁੰਬਈ ਦੇ ਅੰਧੇਰੇ ਚੌਰ ਰਾਜਾ ਦੇ ਦਰਬਾਰ ਪਹੁੰਚੀ। ਸੋਨਮ ਨੇ ਇੱਥੇ ਬੱਪਾ ਦੇ ਦਰਸ਼ਨ ਕੀਤੇ ਅਤੇ ਉਹਨਾਂ ਤੋਂ ਦੁਆਵਾਂ ਮੰਗੀਆਂ।